ਸਦੀਕ ਮੁਹੰਮਦ ਹੈ ਸਦੀਕ ਮੁਹੰਮਦ ਸਦੀਕ ਮੁਹੰਮਦ ਪੱਕੀ ਗੱਲ ਆ ਇਹੀ ਨਾ ਤੇਰੇ ਡੈਡੀ ਦਾ ਨਾਂ ਕੀ ਆ ਸੁਖਵਿੰਦਰ ਮੁਹੰਮਦ ਇੱਥੇ ਕੀ ਕਰਨਾ ਇਹੀ ਚੋਰੀ ਕਰਨਾ ਹੈ ਚੋਰੀ ਕਰਨਾ ਉੱਚੀ ਬੋਲ ਲੈ ਯਾਰ ਚੋਰੀ ਕਰਨਾ ਸੀ ਤੁਸੀਂ ਨਾ ਬੋਲ ਕਿੱਥੇ ਕਿੱਥੇ ਕੀਤੀ ਇੱਥੇ ਹੀ ਕੀਤੀ ਤੇ ਪਿੰਡ ਕੀਤੀ ਕੀ ਕੀ ਚੱਕਿਆ ਅੰਦਰ ਬੜਿਆ ਸੀ ਤੈਨੂੰ ਫੜ ਲਿਆ ਹੈ ਪਿੰਡ ਵੀ ਚੋਰੀ ਚੋਰੀ ਕੀਤੀ ਤੂੰ ਉਦੋਂ ਵੀ ਫੜ ਲਿਆ ਸੀ ਹੈ ਤਾਂ ਚੋਰੀ ਕੱਲ ਹੀ ਕਰਦਾ ਮੈਂ ਭਾਈ ਗੋਲੀਆਂ ਖਾਂਦਾ ਸੈਂਟਰ ਦੀਆਂ ਕਾਹਦੀਆਂ ਸੈਂਟਰ ਦੀਆਂ ਭਾਈ ਸੈਂਟਰ ਚ ਉਹਦਾ ਮਾਮਾ ਫ੍ਰੀ ਮਿਲਦੀਆਂ ਉਹ ਤਾਂ ਫ੍ਰੀ ਮੇਰੀਆਂ ਲੱਗੀਆਂ ਸੀ ਭਾਈ ਦਾ ਮੁੱਲ ਲੈਂਦਾ ਕਿੱਦਾਂ ਮੇਰੀਆਂ ਲੱਗੀਆਂ ਨੀ ਭਾਈ ਮੁੱਲ ਲੈਂਦਾ ਮੁੱਲ ਲੈਂਦਾ ਗੋਲੀਆਂ ਤੇ ਕੰਮ ਕਰ ਨਸ਼ਾ ਨੁਸ਼ਾ ਕਰਦਾ ਬਾਂਹ ਦਿਖਾ ਤਾ ਆਪਣੀ ਆ ਟੀਕਾ ਲਾਇਆ ਨਹੀਂ ਇਹ ਟੀਕਾ ਨੀ ਆ ਚੀਰੇ ਵੀ ਮਾਰਿਓ ਆ ਸ਼ਰਮ ਆਉਂਦੀ ਤੁਹਾਨੂੰ ਚੋਰੀਆਂ ਕਰਦਿਆਂ ਨੂੰ ਭਾਈ ਗਲਤੀ ਹੋ ਗਈ ਭਾਈ ਗਾਂ ਤੋਂ ਨਹੀਂ ਕਰਦੇ ਕਿਹੜਾ ਪਿੰਡ ਹੈ ਅਗਲੀ ਚੋਰੀ ਮਟੇਡਾ ਜਦੋਂ ਪਹਿਲੀ ਵਾਰ ਚੋਰੀ ਕਰਦਾ ਫੜ ਹੋਇਆ ਸੀ ਉਦੋਂ ਵੀ ਗਲਤੀ ਮੰਨੀ ਸੀ ਹਾਂਜੀ ਫੇਰ ਦੁਬਾਰਾ ਹੁਣ ਕੱਲ ਹੀ ਕੀਤੀ ਮੇਰਾ ਪੁੱਤ ਨਹੀਂ ਕਰਦਾ ਹੈ ਨਹੀਂ ਕਰਦਾ ਭਾਈ ਹੁਣ ਤੂੰ ਜਦੋਂ ਪਹਿਲਾਂ ਵੀ ਤੂੰ ਮੰਨ ਕੇ ਦੁਬਾਰਾ ਆ ਗਿਆ ਨਾਲ ਭਾਈ ਕੋਈ ਨਹੀਂ ਸੀਗਾ ਆਪਣੇ ਆਪ ਨੂੰ ਦੱਸਦਾ ਤੇ ਇਹ ਬੰਦੇ ਨੇ ਜਿਹੜਾ ਦੋ ਜਗ੍ਹਾ ਅੱਜ ਪਿੰਡ ਨੰਗਲ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇੱਥੋਂ ਜਿਹੜਾ ਬੰਦਿਆਂ ਨੇ ਫੜ ਲਿਆ ਇਹਨੂੰ ਮੌਕੇ ਤੋਂ ਕੰਧ ਟੱਪਦਾ ਫੜ ਹੋ ਗਿਆ ਤੇ ਆਪਣੇ ਮੂੰਹੋਂ ਵੀ ਮੰਨ ਰਿਹਾ ਵੀ ਮੈਂ ਚੋਰੀ ਕਰਨ ਆਇਆ ਸੀ ਤੇ ਤੁਸੀਂ ਦੇਖ ਸਕਦੇ ਆ ਪੰਜਾਬ ਸਰਕਾਰ ਜਾਂ ਹੋਰ ਵੀ ਸਰਕਾਰਾਂ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਆ ਪੰਜਾਬ ਚੋਂ ਜਿਹੜਾ ਨਸ਼ਾ ਖਤਮ ਹੋ ਗਿਆ ਆ ਤੁਸੀਂ ਦੇਖ ਸਕਦੇ ਆ ਤੁਹਾਨੂੰ ਇਸ ਵੇਲੇ ਲਾਈਵ ਤਸਵੀਰਾਂ ਜਿਹੜੀਆਂ ਦਿਖਾਈਆਂ ਜਾ ਰਹੀਆਂ ਬੰਦਾ ਨਸ਼ਾ ਕਰਦਾ ਨਸ਼ੇ ਦੀ ਬਾਅਦ ਘਾਟ ਦੇ ਵਿੱਚ ਨਸ਼ਾ ਪੂਰਾ ਕਰਨ ਦੇ ਲਈ ਆ ਜਿਹੜਾ ਪਿੰਡ ਨੰਗਲ ਦੇ ਵਿੱਚ ਚੋਰੀ ਕਰਨ ਪਹੁੰਚਿਆ ਤੇ ਮੌਕੇ ਤੇ ਜਿਹੜਾ ਪਿੰਡ ਵਾਸੀਆਂ ਨੇ ਇਹਨੂੰ ਫੜ ਲਿਆ ਸਰਪੰਚ ਸਾਹਿਬ ਨੂੰ ਵੀ ਸੱਦ ਲਿਆ ਇੱਥੇ ਮੌਕੇ ਤੇ ਪੁਲਿਸ ਨੂੰ ਫੋਨ ਕੀਤਾ ਮੌਕੇ ਤੇ ਪੁਲਿਸ ਵੀ ਆ ਰਹੀ ਆ ਜਦੋਂ ਇਹਦੇ ਪਿੰਡ ਫੋਨ ਕੀਤਾ ਤਾਂ ਉੱਥੋਂ ਵੀ ਪਤਾ ਲੱਗਾ ਵੀ ਇਹ ਬੰਦਾ ਜਿਹੜਾ ਏਦਾਂ ਦਾ ਹੀ ਹੁਸ਼ਿਆਰੀ ਬਾਜ ਰਿਹਾ ਤੇ ਪਿੰਡ ਦੇ ਬੰਦੇ ਵੀ ਕਈ ਮਗਰ ਆਏ ਆ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਉੱਥੇ ਫੜਿਆ ਤੇ ਇਹਦਾ ਪਿੰਡ 'ਚ ਰਿਕਾਰਡ ਵੀ ਆ ਜਿਹੜਾ ਚੋਰੀ ਵਾਲਾ ਹੀ ਆ ਤਾਂ ਹੁਣ ਕਿਤੇ ਨਾ ਕਿਤੇ ਇਹ ਸਵਾਲੀਆ ਨਿਸ਼ਾਨ ਵੀ ਸਰਕਾਰਾਂ ਦੇ ਉੱਤੇ ਖੜਾ ਹੁੰਦਾ ਵੀ ਹੁਣ ਫਿਰ ਇਲੈਕਸ਼ਨ ਆ ਗਏ ਆ ਬੜਾ ਧੂਮ ਧੜੱਕੇ ਨਾਲ ਕਹਿੰਦੇ ਆ ਵੀ ਅਸੀਂ ਨਸ਼ਾ ਖਤਮ ਕਰ ਦਿਆਂਗੇ ਕਿਸੇ ਤੋਂ ਨਸ਼ਾ ਨਹੀਂ ਖਤਮ ਹੋਇਆ ਅੱਜ ਨਸ਼ਾ ਖਤਮ ਕਰਦੇ ਕਰਦੇ ਮੁਹੱਲਿਆਂ ਦੇ ਵਿੱਚ ਜਿਹੜੀਆਂ ਚੋਰੀਆਂ ਕਰਾਉਣ ਜ਼ਰੂਰ ਸਰਕਾਰ ਲੱਗ ਗਈ ਆ ਤੁਸੀਂ ਦੇਖ ਸਕਦੇ ਆ 20-22 ਸਾਲਾਂ ਦੀ ਜਿਹੜੀ ਇਹਦੀ ਉਮਰ ਆ ਮੁੰਡੇ ਦੀ ਤੇ ਗਲਤ ਸੰਗਤ ਦੇ ਵਿੱਚ ਜਿਹੜਾ ਪੈ ਕੇ ਨਸ਼ਾ ਕਰ ਰਿਹਾ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਨੰਗਲ ਤੋਂ ਦਿਖਾਈਆਂ ਜਾ ਰਹੀਆਂ ਤੁਸੀਂ ਦੇਖ ਸਕਦੇ ਆ ਸਾਰਾ ਪਿੰਡ ਆ ਜਿਹੜਾ ਇਸ ਵੇਲੇ ਇਕੱਠਾ ਹੋਇਆ ਤੇ ਜਗ੍ਹਾ ਦੇ ਉੱਤੇ ਚੋਰੀ ਕਰਦਾ ਜਿਹੜਾ ਇਹ ਫੜਿਆ ਗਿਆ ਦਰਬਾਰ ਲਸੂੜੀ ਵਾਲੀ ਸਰਕਾਰ ਦੇ ਤੇ ਉਸ ਤੋਂ ਬਾਅਦ ਆ ਜਿਹੜਾ ਕਿਸੇ ਦੇ ਘਰੇ ਇੱਥੇ ਜਿਹੜਾ ਮੁਹੱਲੇ ਦੇ ਵਿੱਚ ਵੜ ਗਿਆ ਸੀ ਤਾਂ ਉਹਨਾਂ ਦੇ ਘਰੇ ਜਿਹੜਾ ਦਰਵਾਜ਼ੇ ਤਾਕੀਆਂ ਇਹਨੇ ਭੰਨੇ ਆ ਤੇ ਆਪਣੇ ਮੂੰਹੋਂ ਵੀ ਮੰਨਦਾ ਵੀ ਮੈਂ ਚੋਰੀ ਕਰਨ ਆਇਆ ਸੀ ਤੇ ਹਲੇ ਤੱਕ ਇਹ ਜਿਹੜਾ ਫਲੋਰ ਪੁਲਿਸ ਆ ਜਿਹੜੀ ਮੌਕੇ ਤੇ ਨਹੀਂ ਪਹੁੰਚੀ ਆ ਤੇ ਇਸਦੇ ਪਿੰਡ ਆ ਜਿਹੜੀ ਸੂਚਨਾ ਦੇ ਦਿੱਤੀ ਗਈ ਆ ਤਾਂ ਪਿੰਡ ਵੱਲੋਂ ਕਿਹਾ ਗਿਆ ਵੀ ਅਸੀਂ ਹੁਣ ਕੀ ਕਰ ਸਕਦੇ ਹਾਂ ਇਸ ਨੂੰ ਜਿਹੜਾ ਪੁਲਿਸ ਦੇ ਹਵਾਲੇ ਆ ਜਿਹੜਾ ਉਹ ਕੀਤਾ ਜਾਵੇ।
ਉਮਰ ਕੀ ਹੈ? 17 ਸਾਲ ਦੀ ਉਮਰ। 18 ਸਾਲ ਦੀ ਉਮਰ। ਘਰ ਚ ਕੌਣ ਕੌਣ ਆ? ਗੱਲ ਕਰੀਏ ਜੀ, ਤੇਰੇ ਘਰ ਦਾ ਹੀ ਹੈ ਨਾ, ਗੱਲ ਕਰ। ਫੜਿਆ ਜੀ ਇਹਨੂੰ? ਹੈਲੋ ਗੱਡੀ ਹੈਲੋ 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 ਤੂੰ ਨੰਗਲ ਆਇਆ? ਮੈਨੂੰ ਨੰਗਲ ਲਾਣੇ। ਆ ਗੱਲ ਕਰੋ ਮਾਤਾ ਜੀ। ਹਾਂਜੀ, ਨੰਗਲ ਪਿੰਡ ਫੜਿਆ ਜੀ, ਨੰਗਲ ਪਿੰਡ ਫੜਿਆ ਮਾਤਾ ਜੀ। ਜਗ੍ਹਾ ਦਾ ਨਾਮ ਦੱਸ, ਜਗ੍ਹਾ ਕਿੱਥੇ ਆ? ਥਾਣੇ ਭੇਜ, ਤੂੰ ਕਹਿ ਥਾਣੇ ਆ ਜਾਓ, ਥਾਣੇ ਭੇਜੋ ਇਹਨੂੰ, ਆਪਾਂ ਘਰਦਿਆਂ ਨੂੰ ਕਾਹਨੂੰ ਦੇਣਾ। ਲਿਆਣਾ ਤਾਂ ਉਹਨਾਂ ਨੇ ਥਾਣੇ ਤੋਂ ਵੀ ਆ, ਪਹਿਲਾਂ ਪੁਲਿਸ ਦੇ ਹਵਾਲੇ ਤਾਂ ਕਰੋ ਇਹਨੂੰ। ਉਹ ਚਾਹੇ ਜਿਹੜਾ ਮਰਜ਼ੀ ਆਇਆ, ਆਪਾਂ ਤਾਂ ਇਹਨੂੰ ਮੌਕੇ ਤੋਂ ਫੜ ਹੋਇਆ, ਇਹਨੂੰ ਤੁਸੀਂ ਪੁਲਿਸ ਦੇ ਹਵਾਲੇ ਕਰੋ, ਉਹਦੇ ਘਰ ਦੇ ਆ ਕੇ ਜੋ ਮਰਜ਼ੀ ਕਰਨਾ। ਆਪਾਂ ਤਾਂ ਪੁਲਿਸ ਦੇ ਹਵਾਲੇ ਕਰਨਾ, ਆਪਣਾ ਜੋ ਫਰਜ਼ ਹੈ ਆਪਾਂ ਪੁਲਿਸ ਦੇ ਹਵਾਲੇ ਕਰਾਂਗੇ। ਨਾਲੇ ਜਿਹੜਾ ਪੁਲਿਸ ਵੀ ਕਹਿੰਦੀ ਨਸ਼ਾ ਨਸ਼ਾ ਨਸ਼ਾ, ਪੁਲਿਸ ਨੂੰ ਵੀ ਪਤਾ ਲੱਗ ਗਿਆ ਵੀ ਨਸ਼ਾ ਕਿੱਥੋਂ ਲੈਂਦਾ, ਪੁੱਛਣ ਗਈ ਇਹਨੂੰ। ਪਹਿਲਾਂ ਇੱਕ ਮਿੰਟ, ਹੈਲੋ, ਕੀ ਨਾਂ ਤੇਰਾ? ਸਦੀਕ ਮੁਹੰਮਦ। ਤੂੰ ਇੱਕ ਗੱਲ ਇਹ ਦੱਸ ਵੀ ਜਿਹੜਾ ਤੂੰ ਚੋਰੀ ਕਰਦਾ ਆ, ਇੱਧਰ ਪਹਿਲਾਂ ਸੁਣ, ਚੋਰੀ ਕਰਦਾ ਆ, ਚੋਰੀ ਕਰਕੇ ਉਸ ਤੋਂ ਬਾਅਦ ਜਿਹੜਾ ਨਸ਼ਾ ਕਿਹਦੇ ਕੋਲੋਂ ਲੈ ਕੇ ਆਉਣਾ ਹੈ? ਸੈਂਟਰ ਚੋਂ ਗੋਲੀਆਂ ਮੁੱਲ ਕਦੋਂ ਮਿਲਦੀਆਂ ਆ? ਕਿੱਦਾਂ ਜਿਹੜੇ ਬਾਹਰ ਬੰਦੇ ਖੜੇ ਹੁੰਦੇ ਆ, ਨਸ਼ੇ ਵਾਲੀਆਂ ਗੋਲੀਆਂ ਹੁੰਦੀਆਂ ਆ, ਸਿਵਲ ਹਸਪਤਾਲ ਦੇ ਬਾਹਰ ਛਡਾਉਣ ਵਾਲੀਆਂ ਹੁੰਦੀਆਂ ਆ, ਨਹੀਂ ਉਹ ਤਾਂ ਨਸ਼ਾ ਛਡਾਉਣ ਵਾਲੀਆਂ ਹੁੰਦੀਆਂ ਆ, ਨਸ਼ਾ ਕਰਨ ਵਾਲੀਆਂ ਥੋੜਾ ਹੁੰਦੀਆਂ, ਜਿਹੜੀਆਂ ਨਸ਼ੇ ਛਡਾਉਣ ਵਾਲੀਆਂ ਗੋਲੀਆਂ ਉਹਦੇ ਨਾਲ ਤੂੰ ਨਸ਼ਾ ਕਰਦਾ ਆ, ਉਹ ਨਸ਼ੇ ਵਾਲੀਆਂ ਹੁੰਦੀਆਂ, ਨਸ਼ੇ ਵਾਲੀਆਂ ਥੋੜਾ ਹੁੰਦੀਆਂ, ਉਹ ਤਾਂ ਨਸ਼ਾ ਛਡਾਉਣ ਵਾਲੀਆਂ ਹੁੰਦੀਆਂ। ਆ ਜਿਹੜਾ ਟੀਕਾ ਲਾਇਆ ਇਹ ਕਿਸ ਦਾ ਕਦਰ ਆਇਆ? ਇਹ ਕੀ ਲਾਇਆ? ਉੱਗਣ ਰਹੀ ਆ ਮਾਮਾ, ਇੱਥੇ ਕਿਤੇ ਦਰਖਤ ਆਉਣ ਲੱਗਾ ਆ? ਹੈਲੋ, ਇਹ ਜਿਹੜਾ ਟੀਕਾ ਲਾਇਆ ਕਿੱਥੋਂ ਲੈ ਕੇ ਲਾਇਆ? ਗੋਲੀ ਦਾ ਟੀਕਾ ਲਾਇਆ? ਕਿਹੜੀ ਗੋਲੀ ਦਾ? ਸੈਂਟਰ ਵਾਲੀ ਗੋਲੀ ਦਾ ਨੀ ਟੀਕਾ ਲੱਗਦਾ? ਸੈਂਟਰ ਵਾਲੀ ਗੋਲੀ ਦਾ ਟੀਕਾ ਨੀ ਲੱਗਦਾ? ਤੈਨੂੰ ਸੈਂਟਰ ਵਾਲੀ ਗੋਲੀ ਲਿਆ ਕੇ ਦੇਗੀ, ਉਹਦਾ ਟੀਕਾ ਲਾ ਕੇ ਦਿਖਾ ਕਿੱਦਾਂ ਲਾਉਣਾ ਹੈ? ਧੋਣ ਚੱਕ ਲੈ, ਨਹੀਂ ਤਾਂ ਦੇਖ ਲਾ ਉੱਪਰ ਨੂੰ ਰੱਖ ਮੂੰਹ, ਤੈਨੂੰ ਵਾਇਰਲ ਕਰਨਾ।
ਕਿਹਨੇ ਤੈਨੂੰ ਲਾਇਆ ਨਸ਼ੇ ਤੇ ਹੈ? ਨਹੀਂ ਨਹੀਂ ਕੋਈ ਤਾਂ ਹੋਊਗਾ, ਕਿਹਦੇ ਨਾਲ ਕਰਦਾ ਸੀ ਇਹਨੂੰ, ਇਹ ਪੁੱਛੋ ਨਸ਼ਾ ਲੈਂਦਾ ਕਿੱਥੋਂ ਆ? ਕਿਹਦੇ? ਚਾਚੇ ਦਾ ਮੁੰਡਾ। ਉਹ ਕੀ ਕਰਦਾ ਸੀ, ਕਿਹੜਾ ਨਸ਼ਾ ਕਰਦਾ ਸੀ ਉਹ? ਹੈ, ਚਿੱਟਾ ਲਾਉਂਦਾ ਆ। ਉਹਦਾ ਪਤਾ ਕਿਹਦੇ ਕੋਲ ਲੈਂਦਾ ਚਿੱਟਾ ਉਹ? ਹੈ, ਸਾਡਾ ਤਾਂ ਲੈਣ ਦੇਣ ਇਸ ਬੰਦੇ ਨਾਲ, ਉਹ ਥਾਣੇ ਜਾ ਕੇ ਜੋ ਮਰਜ਼ੀ ਕਰਾਣ, ਜੋ ਮਰਜ਼ੀ ਕਰਨ। ਸਾਡਾ ਇਹਨੂੰ ਇਹ ਪੁੱਛੋ ਸਰਪੰਚ ਸਾਹਿਬ, ਨਸ਼ਾ ਲੈਂਦਾ ਕਿੱਥੋਂ ਆ? ਜਿਹੜਾ ਜਿਹੜਾ ਜੇਲ੍ਹ ਦੇ ਵਿੱਚ ਆ ਮੁੰਡਾ ਤੇਰੇ ਤਾਤੇ ਚਾਏ ਦਾ, ਤਾਏ ਦਾ ਚਾਚੇ ਦਾ, ਚਾਚੇ ਦਾ ਮੁੰਡਾ ਆ, ਉਹ ਕਿਹੜਾ ਨਸ਼ਾ ਕਰਦਾ ਸੀ? ਚਿੱਟਾ ਲਾਉਂਦਾ ਸੀਗਾ। ਉਹ ਕਿੱਥੋਂ ਲੈਂਦਾ ਸੀਗਾ? ਤਲਵੰਡੀ ਤੋਂ। ਕਿਹੜੀ ਤਲਵੰਡੀ ਤੋਂ? ਦਰਿਆ ਦੇ ਕੋਲੋਂ। ਉੱਥੇ ਕਿਹਦੇ ਕੋਲੋਂ ਲੈਂਦਾ ਉਹ? ਹੈ, ਅੱਛਾ, ਤੇ ਤੂੰ ਵੀ ਕਦੇ ਉੱਥੋਂ ਲੈ ਕੇ ਲਾਇਆ ਸੀ ਪਹਿਲਾਂ? ਉਦਾ ਕਦੇ ਵੀ ਨੀ ਲਾਇਆ ਉੱਥੋਂ ਲੈ ਕੇ। ਤੇ ਫਿਰ ਟੀਕਾ ਤੂੰ ਆਪ ਕਿੱਦਾਂ ਲਾਉਣਾ ਸ਼ੁਰੂ ਕਰ ਦਿੱਤਾ? ਇਹ ਟੀਕਾ ਤਾਂ ਉਹੀ ਲਾਉਂਦੇ ਆ ਜਿਹੜੇ ਨਸ਼ਾ ਕਰਦੇ ਆ। ਹੈ, ਕਿੱਦਾਂ? ਨਹੀਂ ਟੀਕੇ ਤਾਂ ਤੂੰ ਪਹਿਲਾਂ ਆਹ ਤਾਂ ਇੰਨਾ ਕੁਛ ਕੀਤਾ ਪਿਆ, ਨਹੀਂ ਤਾਂ ਆ ਲੈ ਤਾਂ ਆਹ ਦੇਖ ਆਹ ਟੀਕਾ ਲੱਗਾ। ਹੈ, ਪਤਾ ਨੀ ਥਾਣੇ ਕੀਤਾ ਇਹਨਾਂ ਨੇ ਫੋਨ, ਤੁਸੀਂ ਲਾ ਦੋ, ਨਹੀਂ ਤਾਂ ਮੁਨਸ਼ੀ ਨੂੰ ਫੋਨ ਲਾਓ, ਤੁਸੀਂ ਆਪਣੇ ਵੱਲੋਂ ਲਾ ਦੋ। ਤੁਸੀਂ ਦੇਖ ਸਕਦੇ ਆ ਸਾਫ਼ ਆ, ਜਿਹੜਾ ਆਪਣੇ ਮੂੰਹੋਂ ਮੰਨ ਰਿਹਾ ਤੇ ਦੱਸ ਵੀ ਰਿਹਾ ਵੀ ਤਲਵੰਡੀ ਦੇ ਵਿੱਚੋਂ ਜਿਹੜਾ ਸ਼ਰੇਆਮ ਨਸ਼ਾ ਲੈ ਕੇ ਆਉਂਦਾ ਇਹ, ਪਰ ਪ੍ਰਸ਼ਾਸਨ ਆ ਜਿਹੜਾ ਹੱਲੇ ਵੀ ਮੂਕ ਦਰਸ਼ਕ ਬਣ ਕੇ ਆ, ਜਿਹੜਾ ਤਮਾਸ਼ਾ ਦੇਖ ਰਿਹਾ ਵੀ ਨੌਜਵਾਨੀ ਕਦੋਂ ਪੰਜਾਬ ਦੀ ਖਤਮ ਹੁੰਦੀ ਆ। ਇਹਨਾਂ ਨੂੰ ਸਿਰਫ ਆਪਣੀਆਂ ਵੋਟਾਂ ਨਾਲ ਮਤਲਬ ਆ, ਰਾਜਨੀਤੀ ਕਰਨਾ ਚਾਹੁੰਦੇ ਆ ਇਹ, ਰਾਜਨੀਤੀ ਕਰਕੇ ਵੋਟਾਂ ਲੈ ਲਈਆਂ, ਨੌਜਵਾਨ ਪਿੰਡਾਂ ਦੇ ਵਿੱਚੋਂ ਖਤਮ ਹੋ ਰਹੇ ਆ। ਬਹੁਤ ਵੱਡਾ ਸਵਾਲੀਆ ਨਿਸ਼ਾਨ ਆ, ਤੁਹਾਨੂੰ ਲਾਈਵ ਆ ਜਿਹੜਾ ਅੱਜ ਦਿਖਾਇਆ ਵੀ ਤਲਵੰਡੀ ਸਾਬੋ ਤੋਂ ਆ, ਜਿਹੜਾ ਤਲਵੰਡੀ ਲੋਡੂਵਾਲ ਦੇ ਕੋਲ ਆ, ਉੱਥੋਂ ਸ਼ਰੇਆਮ ਇਹ ਬੰਦਾ ਨਸ਼ਾ ਲੈ ਕੇ ਆਉਂਦਾ, ਨਾ ਇਹਨੂੰ ਪਤਾ ਨਹੀਂ ਆ। ਤੇ ਪੁਲਿਸ ਜਦੋਂ ਇਹਨਾਂ ਨੂੰ ਫੜਦੀ ਆ, ਕੀ ਉਹ ਇਹਨਾਂ ਨੂੰ ਪੁੱਛਦੀ ਨਹੀਂ? ਪ੍ਰਸ਼ਾਸਨ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਆ ਵੀ ਜਦੋਂ ਫੜਦੀ ਆ ਇਹਨਾਂ ਨੂੰ ਨਾਲ ਲਿਜਾ ਕੇ ਉੱਥੇ ਚੈੱਕ ਕਿਉਂ ਨਹੀਂ ਕਰਦੀ ਵੀ ਨਸ਼ਾ ਕਿੱਥੋਂ ਲੈ ਕੇ ਆਉਂਦੇ ਤੁਸੀਂ, ਕੌਣ ਵੇਚਦਾ? ਇਸਦਾ ਮਤਲਬ ਆ ਵੀ ਕਿਤੇ ਨਾ ਕਿਤੇ ਇਹ ਜਿਹੜੀ ਆ ਬਹੁਤ ਵੱਡੀ ਮਿਲੀ ਭੁਗਤ ਵੀ ਹੋ ਸਕਦੀ ਹੈ, ਜਦੋਂ ਇੱਦਾਂ ਦਾ ਨਸ਼ਾ ਜਿਹੜਾ ਅੱਜ ਤਾਈਂ ਖਤਮ ਨਹੀਂ ਹੋ ਰਿਹਾ। ਬਾਹਾਂ ਇਹਨੇ ਆਪਣੀਆਂ ਗਾਲੀਆਂ ਹੋਈਆਂ ਤੇ ਕੋਈ ਵੀ ਆ ਜਿਹੜਾ ਇਸ ਵੱਲ ਧਿਆਨ ਨਹੀਂ ਦੇ ਰਿਹਾ। ਸਰ ਇੱਦਾਂ ਆ, ਇਸ ਵੇਲੇ ਨਾ ਨੰਗਲ ਦੇ ਵਿੱਚ ਇੱਕ ਨਸ਼ਾ ਕਰਨ ਵਾਲਾ ਮੁੰਡਾ ਚੋਰੀ ਕਰਦਾ ਫੜਿਆ ਗਿਆ ਜੀ, ਤੇ ਕਾਫੀ ਦੇਰ ਹੋ ਗਈ ਆ, ਥਾਣੇ ਉੱਥੇ ਕਾਲ ਕੀਤੀ ਸੀਗੀ ਪਰ ਹਲੇ ਤੱਕ ਕੋਈ ਨਹੀਂ ਪਹੁੰਚਿਆ ਇੱਥੇ। ਹਾਂ, ਮੁਨਸ਼ੀ ਨੂੰ ਕੀਤਾ ਸੀਗਾ, ਨੰਗਲ ਦੇ ਵਿੱਚ ਇੱਥੇ ਫੜਿਆ ਆ ਦਰਬਾਰ ਬੀਬੀ ਮਾਮਾ ਸ਼ਾਹ। ਹਾਂ, ਹੁਣੇ ਭੇਜੋ ਜੀ, ਕਿਉਂਕਿ ਇੱਥੇ ਰਸ਼ ਬਹੁਤ ਪਿਆ ਆ, ਕੋਈ ਉਹਦੇ ਮਾਰੂਗਾ, ਕੋਈ ਕੁੱਟੂਗਾ ਉਹਨੂੰ, ਇਸ ਕਰਕੇ। ਹਾਂ ਹਾਂ, ਬਿਲਕੁਲ ਬਿਲਕੁਲ।
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਰੋਲ ਲਾਈਵ ਦੇਖਦੇ ਸਾਰੇ ਦਰਸ਼ਕਾਂ ਦਾ ਧੰਨਵਾਦ। ਇਸ ਵੇਲੇ ਪਿੰਡ ਨੰਗਲ ਦੇ ਵਿੱਚ ਇੱਕ ਚੋਰ ਫੜਿਆ ਗਿਆ ਆ, ਔਰ ਅਸੀਂ ਪਹਿਲਾਂ ਵੀ ਕਾਫੀ ਦੇਰ ਮੁਲਾਜ਼ਮਾਂ ਨੂੰ ਕਾਲ ਕੀਤੀ ਸੀਗੀ, ਪਰ ਹਾਲੇ ਤੱਕ ਇੱਥੇ ਤੱਕ ਕੋਈ ਨਹੀਂ ਪਹੁੰਚਿਆ ਹੈਗਾ। ਤੇ ਹੁਣ ਫੇਰ ਦੁਬਾਰਾ ਮੇਰੀ ਐਸ ਐਚ ਓ ਸਾਹਿਬ ਨਾਲ ਗੱਲ ਹੋਈ ਆ, ਉਹ ਕਹਿੰਦੇ ਕਿ ਬੀ ਆਈ ਪੀ ਡਿਊਟੀ ਲੱਗੀਆਂ ਆ, ਉਧਰੋਂ ਮੈਂ ਬੰਦਿਆਂ ਨੂੰ ਭੇਜਦਾ ਆ। ਹੁਣ ਜਿਹੜੇ ਲੀਡਰ ਆ ਉਹਨਾਂ ਨੂੰ ਤਾਂ ਬੀ ਆਈ ਪੀ ਉਹ ਤਾਂ ਬੀ ਆਈ ਪੀ ਆ, ਤੇ ਜਿਹੜੇ ਆਮ ਲੋਕ ਆ ਉਹਨਾਂ ਨੂੰ ਘਰਾਂ ਦੇ ਵਿੱਚ ਵੜ ਵੜ ਕੇ ਇਸ ਤਰ੍ਹਾਂ ਦੇ ਜਿਹੜੇ ਨਸ਼ਈ ਮੁੰਡੇ ਆ ਜਿਨ੍ਹਾਂ ਨੂੰ ਨਾ ਤਾਂ ਕੋਈ ਪੁਲਿਸ ਰੋਕਦੀ ਆ ਤੇ ਨਾ ਹੀ ਕੋਈ ਲੀਡਰ ਰੋਕਦਾ ਆ, ਜਦੋਂ ਕਿਸੇ ਦੇ ਘਰਾਂ ਦੇ ਵਿੱਚ ਜਾ ਕੇ ਉਹ ਵੜ ਕੇ ਚੋਰੀਆਂ ਕਰਦੇ ਆ ਤਾਂ ਫਿਰ ਸਾਰੇ ਕਹਿ ਦਿੰਦੇ ਆ ਕਿ ਜਿਹੜੇ ਮੋਹਤਵਰ ਆ ਉਹ ਕੀ ਕਰਦੇ ਆ। ਹੁਣ ਮੋਹਤਵਰ ਫੜ ਕੇ ਇਹਨਾਂ ਨੂੰ ਥਾਣੇ ਪਹੁੰਚਾ ਦਿੰਦੇ ਆ, ਥਾਣੇ ਪਹੁੰਚਾਉਂਦੇ ਆ, ਉਸ ਤੋਂ ਬਾਅਦ ਵਿੱਚ ਇਹਨਾਂ ਦੇ ਅਸੀਂ ਥੋੜ੍ਹੇ ਦਿਨ ਪਹਿਲਾਂ ਵੀ ਇੱਕ ਚੋਰ ਫੜਾਇਆ ਸੀਗਾ, ਉਹਦੇ ਉੱਤੇ ਚੋਰੀ ਦਾ ਪਰਚਾ ਨਾ ਕਰਕੇ ਉਹਦੇ ਉੱਤੇ ਇੱਕ ਨਸ਼ੇ ਦਾ ਛੋਟਾ ਜਿਹਾ ਪਰਚਾ ਕਰਕੇ ਉਹਨੂੰ ਜੇਲ੍ਹ 'ਚ ਭੇਜ ਦਿੱਤਾ, ਜਦਕਿ ਉਹ ਅੰਦਰ ਚੋਰੀ ਕਰਨ ਵੜਿਆ ਹੋਇਆ ਸੀ। ਅਸੀਂ ਯਾਨੀ ਕਿ ਪੁਲਿਸ ਪ੍ਰਸ਼ਾਸਨ ਤੋਂ ਇਹ ਪੂਰੀ ਤਰ੍ਹਾਂ ਮੰਗ ਕਰਦੇ ਹਾਂ ਕਿ ਜੇਕਰ ਬੰਦਾ ਜਿਹੜੇ ਕੇਸ ਦੇ ਵਿੱਚ ਫੜਿਆ ਆ ਉਹਦੇ ਉੱਤੇ ਉਸ ਕੇਸ ਦਾ ਪਰਚਾ ਕੀਤਾ ਜਾਵੇ, ਨਾ ਕਿ ਕੋਈ ਛੋਟੇ ਮੋਟੇ ਵੈਸੇ ਉੱਦਾਂ ਹੀ ਪਰਚਾ ਕਰਕੇ ਜੀ ਅੰਦਰ ਕਰਤਾ ਵਾ ਠੀਕ ਹੈ ਜੀ ਹੋ ਗਿਆ ਹੋ ਗਿਆ। ਸਾਡੀ ਮੰਗ ਆ ਕਿ ਇਸ ਤਰ੍ਹਾਂ ਦੇ ਜਿਹੜੇ ਚੋਰ ਆ ਜਦੋਂ ਫੜ ਹੁੰਦੇ ਆ ਇਹਨਾਂ ਤੋਂ ਇਹ ਪੁੱਛਿਆ ਜਾਵੇ ਕਿ ਇਹ ਜਿਹੜਾ ਨਸ਼ਾ ਕਿੱਥੋਂ ਲੈ ਕੇ ਆਉਂਦੇ ਆ। ਜੇਕਰ ਇਹਨਾਂ ਤੋਂ ਤੁਸੀਂ ਇਹ ਪੁੱਛਗਿੱਛ ਨਹੀਂ ਕਰਨੀ ਤਾਂ ਇਹਨਾਂ 'ਤੇ ਬੇਸ਼ੱਕ ਤੁਸੀਂ ਫਿਰ ਪਰਚਾ ਨਾ ਹੀ ਕਰਿਆ ਕਰੋ, ਕਿਉਂਕਿ ਇਹ ਤਾਂ ਨਸ਼ਾ ਕਰਨ ਵਾਲੇ ਆ, ਜਿਹੜੇ ਨਸ਼ਾ ਵੇਚਣ ਵਾਲੇ ਆ ਉਹ ਇਹਨਾਂ ਨਸ਼ਾ ਕਰਨ ਵਾਲਿਆਂ ਦੇ ਥਰੂ ਤੁਹਾਨੂੰ ਮਿਲਣਗੇ। ਜੇਕਰ ਨਸ਼ਾ ਕਰਨ ਵਾਲਾ ਤੁਹਾਨੂੰ ਮਿਲਦਾ ਆ ਤਾਂ ਤੁਸੀਂ ਉਹਨਾਂ ਦੇ ਕੋਲੋਂ ਪੁੱਛਗਿੱਛ ਕਰੋ ਔਰ ਉਹਨਾਂ ਨੂੰ ਨਾਲ ਲੈ ਕੇ ਜਾਓ ਕਿ ਇਹ ਨਸ਼ਾ ਜਿਹੜਾ ਕਿੱਥੋਂ ਲੈ ਕੇ ਆਉਂਦੇ ਆ। ਜਦਕਿ ਇਹ ਬੰਦਾ ਜਿਹੜਾ ਆ ਇਹ ਕਹਿੰਦਾ ਕਿ ਮੈਂ ਤਲਵੰਡੀ ਤੋਂ ਨਸ਼ਾ ਲੈ ਕੇ ਆਉਂਦਾ ਆ, ਮੇਰੇ ਚਾਚੇ ਦਾ ਮੁੰਡਾ ਆ ਉਹ ਵੀ ਤਲਵੰਡੀ ਤੋਂ ਨਸ਼ਾ ਲੈ ਕੇ ਆਉਂਦਾ ਸੀ, ਮੈਂ ਵੀ ਉੱਥੋਂ ਲੈ ਕੇ ਆਉਂਦਾ ਸੀਗਾ, ਪਰ ਅੱਜ ਜਿਹੜਾ ਆ ਅੱਜ ਨੰਗਲ ਦੇ ਵਿੱਚ ਜਿਹੜਾ ਇਹਨੂੰ ਪਹਿਲਾਂ ਇੱਕ ਜਗ੍ਹਾ ਤੋਂ ਚੋਰੀ ਕਰਕੇ ਭੱਜਿਆ, ਦੂਸਰੀ ਜਗ੍ਹਾ ਫਿਰ ਜਾ ਕੇ ਚੋਰੀ ਕਰਨ ਵਾਸਤੇ ਵੜਿਆ, ਤੇ ਇਸ ਨੂੰ ਅੱਜ ਬਿਲਕੁਲ ਇੱਥੇ ਸਾਰੇ ਨੰਗਲ ਵਾਸੀਆਂ ਨੇ ਸਾਡਿਆਂ ਨੇ ਉਹਨਾਂ ਨੇ ਰੰਗੇ ਹੱਥੀ ਫੜਿਆ ਆ। ਔਰ ਅਸੀਂ ਜਿਹੜਾ ਆ ਫਲੋਰ ਲਾਈਵ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਕਿਉਂਕਿ ਇਹਨਾਂ ਨੇ ਇਸ ਵੇਲੇ ਪੂਰੀ ਤਰ੍ਹਾਂ ਜਿਹੜਾ ਆ ਉਹ ਸਾਰੇ ਪਿੰਡ ਦਾ ਸਾਡਾ ਸਾਥ ਦਿੱਤਾ ਆ। ਔਰ ਇਹ ਜਿਹੜੇ ਨਸ਼ਾ ਕਰਨ ਵਾਲੇ ਪਹਿਲਾਂ ਨਸ਼ਾ ਕਰਦੇ ਆ, ਜਦੋਂ ਇਹਨਾਂ ਦੀ ਨਸ਼ਾ ਦੀ ਪੂਰਤੀ ਨਹੀਂ ਹੁੰਦੀ ਤਾਂ ਫਿਰ ਇਹ ਚੋਰੀਆਂ ਕਰਦੇ ਆ, ਚੋਰੀਆਂ ਕਰਨ ਤੋਂ ਬਾਅਦ ਵਿੱਚ ਇਹਨਾਂ ਦੀ ਜਿਹੜੀ ਲਾਈਫ ਆ ਉਹ ਜਾਂ ਤਾਂ ਜੇਲ੍ਹਾਂ ਦੇ ਵਿੱਚ ਸੜ ਸੜ ਕੇ ਮਰ ਜਾਂਦੇ ਆ। ਅਤੇ ਜੇਕਰ ਆਪਾਂ ਇਹਨਾਂ ਨੌਜਵਾਨੀ ਨੂੰ ਨਾ ਬਚਾਇਆ, ਜੇ ਆਪਾਂ ਨਸ਼ੇ 'ਤੇ ਨੱਥ ਨਾ ਪਾਈ ਤਾਂ ਫਿਰ ਇਹ ਜਿਹੜਾ ਆਉਣ ਵਾਲਾ ਸਾਡਾ ਭਵਿੱਖ ਆ, ਅਸੀਂ ਛੋਟੇ ਛੋਟੇ ਬੱਚਿਆਂ ਨੂੰ ਸਭ ਤੋਂ ਪਹਿਲਾਂ ਕਹਿੰਦੇ ਹਾਂ ਕਿ ਸਭ ਤੋਂ ਵਧੀਆ ਤਰੀਕਾ ਆ ਕਿ ਤੁਸੀਂ ਪੜ੍ਹਾਈ ਕਰੋ, ਪੜ੍ਹਾਈ ਲਿਖਾਈ ਦੇ ਵਿੱਚ ਅੱਗੇ ਵਧੋ, ਨਸ਼ਿਆਂ ਤੋਂ ਦੂਰ ਰਹੋ। ਅਸੀਂ ਹੁਣ ਮੇਰੀ ਉਮਰ 47 ਸਾਲ ਹੋ ਗਈ ਆ ਕਿ ਮੈਨੂੰ ਅੱਜ ਤੱਕ ਕਦੇ ਕਿਸੇ ਨਸ਼ੇ ਦੇ ਟੇਸਟ ਦਾ ਵੀ ਨਹੀਂ ਪਤਾ ਕਿ ਕਿੱਦਾਂ ਕਰੀਦਾ ਆ। ਇਸ ਕਰਕੇ ਅਸੀਂ ਸਾਰਿਆਂ ਨੂੰ ਜਿਹੜੇ ਆਉਣ ਵਾਲੀ ਪੀੜ੍ਹੀ ਆ, ਬੱਚੇ ਆ ਔਰ ਜਿਹੜੇ ਸਾਡੇ ਸਿਆਣੇ ਵੀ, ਅਸੀਂ ਉਹਨਾਂ ਨੂੰ ਵੀ ਇਹ ਕਹਾਂਗੇ ਕਿ ਜਿਹੜਾ ਨਸ਼ਿਆਂ ਤੋਂ ਦੂਰ ਰਹੋ, ਜਿੰਨਾ ਤੁਸੀਂ ਨਸ਼ਿਆਂ ਤੋਂ ਦੂਰ ਰਹੋ। ਹੁਣ ਇਲੈਕਸ਼ਨ ਆ ਰਿਹਾ ਆ, ਇਲੈਕਸ਼ਨ ਦੇ ਵਿੱਚ ਸਾਡਾ ਕੀਬੋਰਡ ਦਾ ਮੁੱਲ ਪੈਂਦਾ ਆ, ਲਓ ਜੀ ਇੱਕ ਬੋਤਲ ਤਾਂ ਅਸੀਂ ਖਰੀਦ ਲਿਆ, ਬੰਦਾ ਇੱਕ ਬੋਤਲ ਦਿੱਤੀ। ਅਸੀਂ ਚਾਹੁੰਦੇ ਹਾਂ ਕਿ ਨਸ਼ਿਆਂ ਤੋਂ ਸਾਰਾ ਬੰਦੇ ਦੂਰ ਰਹਿਣ, ਔਰ ਜੇ ਨਸ਼ਿਆਂ ਤੋਂ ਦੂਰ ਰਹਿਣਗੇ ਇਹ ਵੀ ਬੱਚੇ ਜੇ ਨਸ਼ਿਆਂ ਤੋਂ ਦੂਰ ਰਹਿੰਦੇ ਹੁੰਦੇ ਤਾਂ ਹੋ ਸਕਦਾ ਸ਼ਾਇਦ ਚੋਰੀਆਂ ਵੱਲ ਨੂੰ ਨਾ ਜਾਂਦੇ। ਇਸ ਕਰਕੇ ਅਸੀਂ ਸਾਰਿਆਂ ਨੂੰ ਬੇਨਤੀ ਆ ਕਿ ਨਸ਼ਿਆਂ ਤੋਂ ਵੀ ਦੂਰ ਰਹੋ
ਔਰ ਜਿਹੜਾ ਪੁਲਿਸ ਪ੍ਰਸ਼ਾਸਨ ਆ ਜਿਹੜਾ ਨਸ਼ਾ ਵੇਚਦਾ ਆ ਉਹਦੇ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ। ਬਹੁਤ ਬਹੁਤ ਧੰਨਵਾਦ ਜੀ।